ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਪਤੀ ਦੀ ਮੌਤ ਹੋ ਗਈ। ਉਸ ਦੀ ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ, ਜਿਸ ਨੂੰ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੋਵੇਂ ਜਣੇ ਬਾਈਕ ਤੇ ਸਵਾਰ ਹੋ ਕੇ ਗੁਰੂ ਘਰ ਮੱਥਾ ਟੇਕਣ ਜਾ ਰਹੇ ਸੀ। ਰਸਤੇ ਦੇ ਵਿੱਚ ਇਹ ਦਰਦਨਾਕ ਭਾਣਾ ਵਾਪਰ ਗਿਆ। ਪਿੱਛੋਂ ਕਾਰ ਨੇ ਜ਼ੋਰਦਾਰ ਟੱਕਰ ਮਾਰੀ। ਇਹ ਦੋਵੇਂ ਜਣੇ ਬਾਈਕ ਤੇ ਸਵਾਰ ਸਨ ਔਰ ਮੁੱਦੇ ਮੂੰਹ ਸੜਕ ਤੇ ਡਿੱਗ ਪਏ। ਮੌਕੇ ਤੇ ਹੀ ਸ਼ਖਸ ਦੀ ਮੌਤ ਹੋ ਗਈ ਔਰ ਪਿੱਛੇ ਬੈਠੀ ਮਹਿਲਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਫਿਰੋਜ਼ਪੁਰ ਮੋਗਾ ਰੋਡ ਤੇ ਇਹ ਭਿਆਨਕ ਹਾਦਸਾ ਹੋਇਆ। ਬਾਈਕ ਤੇ ਸਵਾਰ ਪਤੀ ਪਤਨੀ, ਜਿਨ੍ਹਾਂ ਨੂੰ ਪਿੱਛੋਂ ਕਾਰ ਨੇ ਜ਼ੋਰਦਾਰ ਟੱਕਰ ਮਾਰੀ। ਹਾਦਸਾ ਇੰਨਾ ਭਿਆਨਕ ਸੀ ਕਿ ਸ਼ਖਸ ਦੀ ਮੌਕੇ ਤੇ ਹੀ ਜਾਨ ਚਲੀ ਗਈ ਔਰ ਉਸਦੀ ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ। ਸੱਟਾਂ ਵੱਜੀਆਂ ਨੇ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦਵਾਈ ਲੈਣ ਤੋਂ ਬਾਅਦ ਦੋਵੇਂ ਜਾਣੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਜਾ ਰਹੇ ਸੀ। ਰਸਤੇ ਦੇ ਵਿੱਚ ਇਹ ਦਰਦਨਾਕ ਭਾਣਾ ਵਾਪਰ ਗਿਆ। ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਔਰ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਮੇਰੀ ਭੂਆ ਜੀ ਦਾ ਬੇਟਾ ਜੀ ਅਤੇ ਉਹਨਾਂ ਦੀ ਨੂੰਹ ਸੀ, ਨਾਲ ਦਵਾਈ ਲੈ ਕੇ ਅਮਨਦੀਪ ਹੋਸਪਿਟਲ ਤੋਂ ਨਿਕਲੇ ਸੀ ਅਤੇ ਪਿੰਡ ਨੂੰ ਜਾ ਰਹੇ ਸੀ ਗੁਰਦੁਆਰਾ ਸਾਹਿਬ ਅਜੀਤਪੁਰ ਸਾਹਿਬ ਮੱਥਾ ਟੇਕਣ ਵਾਸਤੇ। ਜਦੋਂ ਅੱਗੋਂ ਨਿਕਲੇ ਅਤੇ ਗੱਡੀ ਤੇਜ਼ ਰਫ਼ਤਾਰ ਨਾਲ ਇਹਨਾਂ ਦੀ ਜਿਹੜੀ ਆਪਦੇ ਹੱਥ ਜਾ ਰਹੀ ਹੈ ਅਤੇ ਉਹ ਗੱਡੀ ਮਗਰੋਂ ਵੱਜੀ ਹੈ ਜੀ, ਅਤੇ ਉਹਨੇ ਸਾਡੇ ਜਿਹੜਾ ਭੂਆ ਜੀ ਦੇ, ਹਾਂਜੀ ਮੋਟਰਸਾਈਕਲ ਦੇ ਸਵਾਰ ਸੀ, ਹਾਂਜੀ 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 ਮੌਕੇ ਤੇ ਮੌਤ ਹੋ ਗਈ ਅਤੇ ਦੂਜੀ ਸਾਡੀ ਜਿਹੜੀ ਬੀਬੀ ਉਹ ਜੇਰੇ ਇਲਾਜ ਜੀ ਅੰਮ੍ਰਿਤਸਰ ਦੇ, ਹਾਂਜੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ। ਬਾਕੀ ਕਾਰਵਾਈ ਕਾਨੂੰਨੀ ਕਾਰਵਾਈ ਸਰਕਾਰ ਜਿਹੜੀ ਕਰੇ ਜੀ, ਬੰਦ ਜਿਹੜੀ ਸਖਤੀ ਜੋ ਵੀ ਬਣਦੀ ਸਾਰੀ ਕਾਨੂੰਨੀ ਕਾਰਵਾਈ ਕਰੇ ਸਰਕਾਰ ਜੀ। ਇਹ ਹਾਦਸਾ ਜੀ ਅਮਨਦੀਪ ਹੋਸਪਿਟਲ ਜਿਹੜਾ ਬਣਿਆ ਜੀ ਡੈਂਟਲ ਕਾਲਜ ਦੇ ਵਿੱਚ, ਉੱਥੋਂ ਦਵਾਈ ਲੈ ਕੇ ਅਤੇ ਫੁੱਟਪਾਥ 'ਤੇ ਨਾਲ ਨਾਲ ਜਾ ਰਹੇ ਸੀ ਅਤੇ ਪਿੱਛੋਂ ਗੱਡੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਉਹਨਾਂ ਗੱਡੀ ਦੇ ਪਿੱਛੋਂ ਮੋਟਰਸਾਈਕਲ ਦੇ ਵਿੱਚ ਮਾਰੀ ਅਤੇ ਜਿਹਦੇ ਨਾਲ ਵੀ ਕਾਫੀ ਜ਼ਿਆਦੀਆਂ ਚਾਚੀ ਜੀ ਨੂੰ ਸੱਟਾਂ ਲੱਗੀਆਂ ਨੇ। ਉਹ ਜ਼ਰੀਏ ਇਲਾਜ ਅੰਮ੍ਰਿਤਸਰ ਸਾਹਿਬ ਅਮਨਦੀਪ ਹੋਸਪਿਟਲ 'ਚ ਨੇ, ਪ੍ਰਾਈਵੇਟ ਹੋਸਪਿਟਲ 'ਚ। ਚਾਚਾ ਜੀ ਦੀ ਮੌਕੇ 'ਤੇ ਡੈਥ ਹੋ ਗਈ ਅਤੇ ਕੋਈ ਕਰੀਬੀ ਸਾਡੇ ਉੱਥੇ ਪਿੰਡ ਦੇ ਸੀ, ਜਿਹਨਾਂ ਸਾਨੂੰ ਫੋਨ ਕਰਕੇ ਇਤਲਾਹ ਦਿੱਤੀ ਵੀ ਬਘੇਲ ਸਿੰਘ ਦਾ ਐਕਸੀਡੈਂਟ ਹੋ ਗਿਆ ਅਤੇ ਤੁਸੀਂ ਜਲਦੀ ਤੋਂ ਜਲਦੀ ਪਹੁੰਚੋ। ਸਾਡੇ ਪਹੁੰਚਦਿਆਂ ਤੱਕ ਡੈਥ ਹੋ ਚੁੱਕੀ ਸੀ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨਾ ਚਾਹੁੰਦੇ ਹਾਂ ਵੀ ਜਲਦ ਤੋਂ ਜਲਦ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਇਹ ਜੀ ਅਮਨਦੀਪ ਹੋਸਪਿਟਲ ਤੋਂ ਇਹ ਜਿਹੜਾ ਮਰਨ ਵਾਲਾ ਬਘੇਲ ਸਿੰਘ ਹੈ, ਸਨ ਆਫ ਗੁਰਲਾਲ ਸਿੰਘ ਵਾਸੀ ਨਸੀਰਾ ਖਲਚੀਆਂ ਦਾ, ਉੱਥੋਂ ਦਵਾਈ ਵਗੈਰਾ ਲੈ ਕੇ ਅਤੇ ਗੁਰਦੁਆਰਾ ਸਾਹਿਬ ਜਾ ਰਹੇ ਸੀ ਪਰੇ ਵਜੀਰਪੁਰ ਮੱਥਾ ਟੇਕਣ ਵਾਸਤੇ। ਘਰ ਰਸਤੇ ਦੇ ਵਿੱਚ ਜਾਂਦੇ ਜਾਂਦੇ ਪਿੱਛੋਂ ਕਾਰ ਆਈ ਸਵਿਫਟ, ਉਹਦੀ ਟੱਕਰ ਵੱਜੀ। ਟੱਕਰ ਵੱਜਣ ਦੇ ਨਾਲ ਇਹ ਮੋਟਰਸਾਈਕਲ ਤੋਂ ਦੋਨੋਂ ਹੀ, ਇਹਦੀ ਵਾਈਫ ਕੁਲਜੀਤ ਕੌਰ ਵੀ ਨਾਲ ਸੀ, ਉਹ ਦੋਨੋਂ ਮੋਟਰਸਾਈਕਲ ਤੋਂ ਡਿੱਗਣ ਕਰਕੇ ਜਿਹੜਾ ਵਕੀਲ ਸਿੰਘ ਉਹਦੇ ਜ਼ਿਆਦਾ ਸੱਟਾਂ ਵੱਜਣ ਕਰਕੇ ਉਹਦੀ ਮੌਤ ਹੋ ਗਈ ਹੈ। ਹੋਸਪਿਟਲ ਅਮਨ ਦੀ ਪਤਾ ਲੱਗਿਆ ਸੀ, ਉੱਥੋਂ ਰੁਕਾ ਆਉਣ 'ਤੇ ਫਿਰ ਅਸੀਂ ਕਾਰਵਾਈ ਕੀਤੀ ਹੈ। ਜਿਹੜੀ ਉਹਦੀ ਵਾਈਫ ਕੁਲਜੀਤ ਕੌਰ ਆ ਉਹ ਅੰਮ੍ਰਿਤਸਰ ਦਾਖਲ ਹੈ, ਉਹਦੇ ਜਿਹੜਾ ਇਹਦੀ ਡੈਥ ਹੋਈ ਹੈ ਐਕਸੀਡੈਂਟ ਹੋਣ ਸੰਬੰਧੀ ਜਿਹੜਾ ਮੁਕੱਦਮਾ ਦਰਜ ਕਰਤਾ, ਹੁਣ ਪੋਸਟਮਾਰਟਮ ਕਰਵਾਇਆ ਜਾ ਰਿਹਾ। ਪੋਸਟਮਾਰਟਮ ਹੁਣ ਕਰਨ ਤੋਂ ਬਾਅਦ ਡੈਡ ਬੋਡੀ ਜਿਹੜੀ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ। ਗੱਡੀ ਚਾਲਕ ਫੜਿਆ ਗਿਆ? ਹਾਂਜੀ ਗੱਡੀ ਚਾਲਕ ਫੜਿਆ ਜੀ, ਕੱਲ੍ਹ ਹਾਂਜੀ ਕਾਰਵਾਈ ਕੀਤੀ ਜਾ ਰਹੀ ਹੈ।